ਭਾਜਪਾ ਅਤੇ ਜਜਪਾ ਗਠਬੰਧਨ ਦੀ ਸਰਕਾਰ ਜਦ ਤੋਂ ਬਣੀ ਹੈ ਤਦ ਤੋਂ ਹੀ ਵਿਰੋਧੀ ਧਿਰ ਦੁਆਰਾ ਲਗਾਤਾਰ ਉਸ 'ਤੇ ਹਮਲੇ ਕੀਤੇ ਜਾਂਦੇ ਰਹੇ ਹਨ। ਉੱਥੇ ਸਰਕਾਰ ਖੁਦ ਨੂੰ ਮਜ਼ਬੂਤ ਹੋਣ ਦੀ ਗੱਲ ਸ਼ੁਰੂਆਤ ਤੋਂ ਹੀ ਕਰਦੀ ਆਈ ਹੈ। ਇਸੇ ਵਿੱਚ ਸਰਕਾਰ ਦੇ 100 ਦਿਨ ਪੂਰੇ ਹੋ ਗਏ ਹਨ, ਜਿਸ ਨੂੰ ਲੈ ਕੇ ਜਜਪਾ ਦੇ ਪ੍ਰਦੇਸ਼ ਅਧਿਆਕਸ਼ ਨਿਸ਼ਾਨ ਟਕਸ਼ੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪ੍ਰਦੇਸ਼ 'ਚ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ। ਪਹਿਲੇ ਦਿਨ ਤੋਂ ਹੀ ਸਰਕਾਰ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਜੁਟੀ ਹੋਈ ਹੈ, ਜਿਸ ਵਿੱਚ ਕਾਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਕੰਮ ਕੀਤੇ ਜਾ ਰਹੇ ਹਨ, ਜਿਸ 'ਤੇ ਆਪਸੀ ਸਹਿਮਤੀ ਬਣ ਚੁੱਕੀ ਹੈ। ਆਪਣੇ ਜ਼ਿਲ੍ਹੇ ਤੋਂ ਬੱਚੇ ਪੜ੍ਹਾਈ ਦੇ ਲਈ ਬਾਹਰ ਨਹੀਂ ਜਾ ਰਹੇ ਹਨ। 75% ਪ੍ਰਾਈਵੇਟ ਨੌਕਰੀਆਂ 'ਤੇ ਵੀ ਕਾਨੂੰਨ ਬਣ ਜਾਵੇਗਾ। ਲੋਕਾਂ ਦੀ ਖੁਸ਼ਹਾਲੀ ਦੇ ਲਈ ਸਰਕਾਰ ਕੰਮ ਕਰ ਰਹੀ ਹੈ। ਇਹ ਛੋਟੀਆਂ ਮੋਟੀਆਂ ਗੱਲਾਂ ਸਾਡੇ ਜਾਂ ਉਹਨਾਂ ਦੇ ਪਰਿਵਾਰ 'ਚ ਚੱਲਦੀਆਂ ਰਹਿੰਦੀਆਂ ਹਨ। ਪਿਛਲੇ 100 ਦਿਨ ਜੋ ਸਰਕਾਰ ਕੇ ਪੂਰੇ ਹੋਏ ਹੈ, ਉਸਮੇ ਸਰਕਾਰ ਨੇ ਬਹੁਤ ਸਾਰੀ ਉਪਲਬਧੀਆਂ, ਜਿਸ ਤਰੀਕੇ ਸੇ ਕਾਮਨ ਮਿਨੀਮਮ ਪ੍ਰੋਗਰਾਮ ਕੀ ਬਾਤ ਥੀ ਕਿ ਦੋਨੋਂ ਦਲੋਂ ਕਾ ਅਲਗ ਅਲਗ ਇਲੈਕਸ਼ਨ ਮੈਨੀਫੈਸਟੋ ਥਾ, ਅਲਗ ਅਲਗ ਬਾਤ ਲੋਕੋਂ ਸੇ ਪ੍ਰੋਮਿਸਿਸ ਜੋ ਕੀਏ ਥੇ, ਉਨਕੋ ਲੇਕਰ ਕੇ ਕਾਮਨ ਮਿਨੀਮਮ ਪ੍ਰੋਗਰਾਮ ਕੇ ਤਹਿਤ ਜੋ ਕਮੇਟੀ ਜੋ ਸਮਿਤੀ ਬੈਠੀ ਥੀ ਵੀਰ ਸਾਹਿਬ ਕੀ ਅਧਿਅਕਸ਼ਤਾ ਮੇਂ, ਉਸਕੋ ਲੇਕਰ ਕੇ ਲਗਭਗ ਆਪਸੀ ਸਹਿਮਤੀ ਬਣ ਚੁੱਕੀ ਹੈ। ਔਰ ਉਸ ਆਪਸੀ ਸਹਿਮਤੀ ਕੋ ਲੇਕਰ ਕੇ ਇਹ ਸਾਰੀ ਚੀਜ਼ਾਂ, ਅਬ ਜਿਸ ਤਰੀਕੇ ਸੇ ਆਪਣੇ ਦੇਖਾ ਕਿ ਦੁਸ਼ਯੰਤ ਜੀ ਨੇ ਕਿਹਾ ਥਾ ਕਿ ਆਪਣੇ ਜ਼ਿਲ੍ਹੇ ਸੇ ਬੱਚੋਂ ਕੋ ਇਗਜ਼ਾਮ ਕੇ ਲੀਏ ਬਾਹਰ ਨਹੀਂ ਜਾਣਾ ਪੜੇਗਾ, ਉਹ ਕਰ ਦਿਆ ਗਿਆ। ਔਰ ਪਿਛਲੇ ਦਿਨੋਂ ਜੋ ਬਹੁਤ ਬੜੀ ਬਾਤ ਥੀ ਹਰਿਆਣਾ ਕੇ ਯੁਵਾਓਂ ਕੇ ਲੀਏ ਕਿ ਜਿਸਮੇਂ ਯੇ ਕਿਹਾ ਥਾ ਦੁਸ਼ਯੰਤ ਜੀ ਨੇ ਕਿ 75% ਜੋ ਪ੍ਰਾਈਵੇਟ ਸੈਕਟਰ ਕੀ ਨੌਕਰੀਆਂ ਹੈ, ਉਹ ਨੌਕਰੀਆਂ ਹਰਿਆਣਾ ਕੇ ਯੁਵਾਓਂ ਕੇ ਲੀਏ ਰਿਜ਼ਰਵ ਕਰਨੇ ਕਾ ਕਾਮ ਕਰੇਂਗੇ। ਉਸਕੇ ਉੱਪਰ ਵੀ ਕੈਬਨਿਟ ਨੇ ਮੋਹਰ ਲਗਾ ਦੀ। ਅਬ ਆਗਾਮੀ ਜੋ ਬਜਟ ਸੈਸ਼ਨ ਹੈ ਉਸਕੇ ਅੰਦਰ ਉਸਕੋ ਉਹ ਕਾਨੂੰਨ ਬਣ ਜਾਏਗਾ। ਤੋ ਇਸ ਤਰੀਕੇ ਸੇ ਲੋਕੋਂ ਕੀ ਬਿਹਤਰੀ ਬਹਬੂਦੀ ਕੇ ਲੀਏ ਸਰਕਾਰ, ਗਠਬੰਧਨ ਕੀ ਸਰਕਾਰ ਮਨੋਹਰ ਲਾਲ ਖੱਟਰ ਜੀ ਕੀ ਅਧਿਅਕਸ਼ਤਾ ਮੇਂ ਪ੍ਰਯਾਸ ਕਰ ਰਹੀ ਹੈ ਕਿ ਸਭੀ ਕੀ ਹੋਈ ਜੋ ਹਮਾਰੇ ਵਾਅਦੇ ਉਨਕੋ ਪੂਰਾ ਕਰਨੇ ਕਾ ਕਾਮ ਕਰ ਰਹੀ ਹੈ। ਸਮਝਸੇ ਕੈਸਾ ਬਣਾ ਪਾ ਰਹੇ ਹੈ ਸਰਕਾਰ ਕਾ ਜੋ ਪਾਰਟੀ? ਦੇਖੀਏ, ਕੋਆਰਡੀਨੇਸ਼ਨ ਬਹੁਤ ਬੜੀਆ ਹੈ, ਕੋਈ ਐਸੀ ਬਾਤ ਨਹੀਂ। ਇਹ ਛੋਟੀ ਮੋਟੀ ਬਾਤੇਂ ਪਰਿਵਾਰੋਂ ਮੇਂ ਹੋਤੀ ਹੈ, ਚਾਹੇ ਉਨਕਾ ਪਰਿਵਾਰ ਹੋ ਚਾਹੇ ਹਮਾਰਾ ਪਰਿਵਾਰ ਹੋ ਜੇ ਜੇ ਪੀ ਕਾ। ਅਦਰਵਾਈਜ਼ ਮੈਂ ਮਾਨ ਕੇ ਚਲਤਾ ਹੂੰ ਕਿ ਸਰਕਾਰ ਪ੍ਰਗਤੀ ਪੇ ਹੈ ਔਰ ਲੋਕੋਂ ਕੋ ਕਹੀ ਹੋਈ ਬਾਤੇਂ ਸਾਰੀ ਪੂਰੀ ਕਰਨੇ ਕੇ ਲੀਏ ਤਤਪਰ ਹੈ। ਬੁਲਾ ਨਿਊਜ਼ ਲਈ ਟੋਹਾਣਾ ਤੋਂ ਸੁਸ਼ੀਲ ਸਿੰਗਲਾ ਦੀ ਰਿਪੋਰਟ।